ਹਿੱਲ ਜਾਣਾ ਔਰ ਉਹਨਾਂ ਨੂੰ ਬੜੇ ਜ਼ੋਰ ਨਾਲ ਔਰ ਬੜੇ ਸਜੇ ਢੰਗ ਦੇ ਨਾਲ ਉਹਨਾਂ ਨੂੰ ਛਡਾ ਕੇ ਲਿਆਉਣਾ ਐਨੀ ਉਸ ਵੇਲੇ ਇਹ ਲਹਿਰ ਜ਼ਬਰਦਸਤ ਸੀ ਬੱਬਰਾਂ ਦੇ ਵਿੱਚੋਂ ਭਾਈ ਕਰਮ ਸਿੰਘ ਦੌਲਤਪੁਰ ਵਾਲੇ ਉਹ ਇੱਥੋਂ ਗਏ ਹੋਏ ਸਨ ਕੈਨੇਡਾ ਤੋਂ ਕਰਮ ਸਿੰਘ ਛਿੰਗੜ ਤੰਨਾ ਸਿੰਘ ਬੱਬਰ ਅੱਸਾਸਿੰਗ ਪੜ੍ਹੁੰਦੀ ਵਾਲੇ ਤੰਨਾ ਸਿੰਘ ਬੱਬਰ ਦੀ ਜਿਹੜਾ ਇਕਾਂਗੀ ਲੱਗਾ ਸੀ ਸਾਨੂੰ ਮੈਨੂੰ ਥੋੜਾ ਥੋੜਾ ਯਾਦ ਹੈ ਜੇ ਤੱਕ ਜੇ ਬੜਿਆਂ ਨੂੰ ਯਾਦ ਹੋਣਾ ਹੈ ਬੱਬਰ ਉਹਦਾ ਨਾਂ ਹੀ ਬੱਬਰ ਸੀ ਤੇ ਉਹਦੀ ਸੂ ਜਿਹੜੀ ਸੀ ਕਿੱਥੇ ਮਿਲੇਗਾ ਬੱਬਰ ਤੇ ਉਹਦੀ ਸੂ ਦੇਣ ਵਾਲਿਆਂ ਚ ਜਿਹੜੇ ਇchna ਨੇ ਇੱਥੇ ਹਮਲਾ ਕੀਤਾ ਸੀ ਬੇਲਾ ਸਿੰਘ ਵਰਗਿਆਂ ਨੇ ਉਹਨਾਂ ਦੇ ਰਿਸ਼ਤੇਦਾਰ ਜਿਆਣਾ ਨੇ ਜਾਨ ਪਿੰਡਿਆਂ ਨੇ ਸੂਦ ਦਿੱਤੀ ਪਰ ਬੱਬਰ ਉਹਨਾਂ ਨੇ ਸੰਕਲਪ ਤੈਅ ਕੀਤਾ ਸੀ ਮਨ ਦੇ ਵਿੱਚ ਭਈ ਜਿੰਦੇ ਜੀ ਕਾਬੂ ਨਹੀਂ ਆਣਾ ਉਹਨਾਂ ਨੇ ਤਾਂ ਨਾਸਿੰਗ ਬੱਬਰ ਨੇ ਬੰਬ ਦੇ ਨਾਲ ਉੱਡ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਨਾਲ ਕਿੰਨੇ ਪੁਲਸੀਏ ਲਏ ਕਿੰਨੇ ਸੂਹੀਏ ਲਏ ਉਸ ਵੇਲੇ ਇਹ ਬੜਾ ਵਿਸਥਾਰ ਮੰਗਣ ਵਾਲਾ ਇਤਿਹਾਸ ਹੈ ਅਸੀਂ ਅੱਜ ਕੱਲ ਬਬਰਾਂ ਦੀ ਯਾਦ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਵੀ ਬੜੇ ਸਾਲਾਂ ਤੋਂ ਮੇਲੇ ਵੀ ਲੱਗਦੇ ਨੇ ਉੱਥੇ ਮੇਲਿਆਂ ਦੇ ਵਿੱਚ ਕੀ ਹੁੰਦਾ ਮੈਂ ਬੜਿਆਂ ਨਾਲ ਗੱਲ ਕਰਦਾ ਹਾਂ ਕਈ ਵਾਰੀ ਗੁਰਦੁਆਰੇ ਵੀ ਵੇ ਬੱਬਰਾਂ ਦੇ ਵਿੱਚ ਤੇ ਗਦਰੀ ਬਾਬਿਆਂ ਵਿੱਚ ਕੀ ਫਰਕ ਹੈ ਬਹੁਤਿਆਨੂੰ ਪਤਾ ਨਹੀਂ ਹੁੰਦਾ ਕਿਉਂ ਨਹੀਂ ਪਤਾ ਹੁੰਦਾ ਕਿਉਂਕਿ ਅਸੀਂ ਉੱਥੇ ਜਿਹੜੇ ਬੱਬਰਾਂ ਦੀ ਯਾਦ ਵਿੱਚ ਗਦਰੀ ਬਾਬਿਆਂ ਦੀ ਯਾਦ ਵਿੱਚ ਜਿਹੜੇ ਮੇਲੇ ਲੱਗਦੇ ਨੇ ਉੱਥੇ ਦੇ ਅਸੀਂ ਸਿਰਫ ਇਹ ਆਤਮਾ ਸਿੰਘ ਤੇ ਰੋਜੀ ਨੂੰ ਸੁਣਨ ਜਾਣੇ ਆ ਕੋਈ ਉੱਥੇ ਕੋਈ ਗੱਲ ਵੀ ਕਰੇ ਬੱਬਰਾਂ ਦੀ ਤੇ ਉਹਦੇ ਵਿੱਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਹੁੰਦੀ ਹੁੰਦੀ ਹੈ ਕੋਈ ਦਿਲਚਸਪੀ ਨਹੀਂ ਹੁੰਦੀ ਚਾਹੀਦਾ ਤਾਂ ਸਾਨੂੰ ਇਹ ਹੈ ਕਿ ਜਿਨ੍ਹਾਂ ਦੇ ਸ਼ਹੀਦਿਆਂ ਦੀ ਖਾਤਰ ਜਿਨ੍ਹਾਂ ਦੀ ਸ਼ਹੀਦਿਆਂ ਦੇ ਕਾਰਨ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਇੱਥੇ ਇੰਨਾ ਖੂਬਸੂਰਤ ਜੀਵਨ ਬਤੀਤ ਕਰ ਰਹੇ ਹਾਂ ਉਹਨਾਂ ਦੇ ਜੀਵਨ ਬਾਰੇ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰੀਏ ਪਰ ਅਸੀਂ ਹੁਣ ਮਟੀਰੀਅਲ ਦੇ ਵਿੱਚ ਔਰ ਹੋਰ ਸਾਡੇ ਟੇਸਟ ਬਦਲ ਗਏ ਨੇ ਉਹਨਾਂ ਨੇ ਬਬਰ ਕੋਈ ਵੀ ਲਹਿਰ ਜਿਹੜੀ ਹੈ ਪਾਪੂਲਰ ਕਿਵੇਂ ਹੁੰਦੀ ਹੈ ਜਦੋਂ ਲੋਕ ਲਹਿਰ ਬਣਦੀ ਹੈ ਬਬਰਾਂ ਦਾ ਇੰਨਾ ਜ਼ਬਰਦਸਤ ਉਸ ਵੇਲੇ ਪ੍ਰਭਾਵ ਸੀ ਕਿ ਉਹਨਾਂ ਨੇ ਇੱਕ ਵਾਰ ਉਹਨਾਂ ਨੇ ਡਿਕਲੇਅਰ ਕਰਤਾ ਭਈ ਇੱਥੇ ਹੁਣ ਦੁਆਬੇ ਦੇ ਖੇਤਰ ਦੇ ਹੁਣ ਅੰਬਾਂ ਦੀ ਨਿਲਾਮੀ ਨਹੀਂ ਹੋਏਗੀ ਅੰਬਾਂ ਦੇ ਠੇਕੇ ਨਹੀਂ ਦਿੱਤੇ ਜਾਣਗੇ ਇਹ ਅੰਬ ਇੱਥੇ ਦੁਆਬੇ ਦੇ ਨੇ ਇਹ ਇਤਨੀ ਆਮ ਕੋਈ ਹੋਰ ਸਰਕਾਰਾਂ ਕਿਦਰੇ ਹੋਰ ਵੇਚਦੇ ਇਸ ਤਰ੍ਹਾਂ ਨਹੀਂ ਹੋਏਗਾ ਕਿਉਂਕਿ ਉਹ ਉਸ ਵੇਲੇ ਬੱਬਰਾਂ ਦਾ ਪ੍ਰਭਾਵ ਕਿੱਥੇ ਸੀ ਬੱਬਰਾਂ ਦੀ ਲਹਿਰ ਜਿਹੜੀ ਸੀ ਇਸ ਦੁਆਬੇ ਦੀ ਲਹਿਰ ਸੀ ਗੜ ਸੀ ਫਗਵਾੜਾ ਗੜ ਸੀ ਮਾਲਪੁਰ ਦਾ ਇਲਾਕਾ ਬੱਬਰ ਲਹਿਰ ਨੂੰ ਬਹੁਤ ਵੱਡਾ ਹੁਲਾਰਾ ਦੇਣ ਦੇ ਵਿੱਚ ਰੁੜਕਾ ਕਲਾਂ ਦੀ ਕਾਨਫਰੰਸ ਸੀ ਪੁਰ ਹੀਰਾ ਦੀ ਕਾਨਫਰੰਸ ਸੀ ਔਰ ਬੱਬਰਾਂ ਦੇ ਖਿਲਾਫ ਵਾਰੰਟ ਔਰ ਕਈ ਕਈ ਇਨਾਮ ਰੱਖੇ ਹੋਏ ਸੀ ਪਰ ਉਹਨਾਂ ਵੱਲੋਂ ਤੇ ਜੇ ਰੁੜਕਾ ਕਲਾਂ ਦੀਆਂ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਤਾਂ ਵੀ ਤੁਸੀਂ ਸ਼ਾਮਲ ਨਹੀਂ ਹੋ ਸਕਦੇ ਇਹਨਾਂ ਨੂੰ ਫੜ ਕੇ ਉਹਨਾਂ ਨੂੰ ਦੇਖਦਿਆਂ ਗੋਲੀ ਮਾਰਨ ਦੇ ਆਰਡਰ ਤੇ ਹੋਰ ਪਰ ਫਿਰ ਵੀ ਉਹ ਇਹਨੂੰ ਚੈਲੰਜ ਵਜੋਂ ਲੈਂਦੇ ਸਨ ਕਰਮ ਸਿੰਘ ਦੌਲਤਪੁਰ ਵਰਗੇ ਔਰ ਕਰਮ ਸਿੰਘ ਛਿੰਗੜ ਵਰਗੇ ਤੇ ਉੱਥੇ ਪਹੁੰਚਦੇ ਸਨ ਲੋਕਾਂ ਨੂੰ ਸੰਬੋਧਨ ਕਰਦੇ ਸਨ ਇਕ ਲੋਕ ਲਹਿਰ ਲਹਿਰ ਕੋਈ ਵੀ ਕਾਮਯਾਬ ਉਦੋਂ ਹੁੰਦੀ ਹੈ ਜਦੋਂ ਲੋਕ ਲਹਿਰ ਬਣ ਜੇ ਜੇ ਲੋਕਾਂ ਦੀ ਹਮਦਰਦੀ ਨਹੀਂ ਲੋਕਾਂ ਨੂੰ ਮਾਸ ਲੈਵਲ ਦੇ ਉੱਤੇ ਕੋਈ ਲਹਿਰ ਨਹੀਂ ਬਣੀ ਤੇ ਉਹ ਲਹਿਰ ਕਾਮਯਾਬ ਨਹੀਂ ਹੁੰਦੀ ਕਿਸੇ ਵੇਲੇ ਵੀ ਕੋਈ ਵੀ ਲਹਿਰ ਦਾ ਇਤਿਹਾਸ ਤੁਸੀਂ ਵੇਖ ਲਓ ਲਹਿਰਾਂ ਕਾਮਯਾਬ ਹੀ ਉਦੋਂ ਹੁੰਦੀਆਂ ਜਦੋਂ ਲੋਕ ਲਹਿਰਾਂ ਬਣਦੀਆਂ ਇਹ 1924 ਤੋਂ ਲੈ ਕੇ 26 ਤੱਕ ਕੋਈ 50 ਦੇ ਕਰੀਬ ਬਬਰਾਂ ਨੂੰ ਫਾਂਸੀਆਂ ਲੱਗੀਆਂ ਉਮਰ ਕੈਦਾਂ ਹੋਈਆਂ ਕਾਲੇ ਪਾਣੀ ਦੀਆਂ ਸਜਾਵਾਂ ਹੋਈਆਂ ਅੱਜ ਪੰਜਾਬ ਦੇ ਵਿੱਚੋਂ ਲਹਿਰ ਪੈਦਾ ਹੋਈ ਪਰ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਅੱਜ ਕਿਸੇ ਨੂੰ ਬਬਰਾਂ ਬਾਰੇ ਪਤਾ ਕੁਝ ਨਹੀਂ ਹੈ ਸਵਾਹੀ ਉਹਨਾਂ ਦੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਗੇਟ ਲੱਗੇ ਹੋਏ ਨਹੀਂ ਕੋਈ ਜਾਂ ਖਾਸ ਕਰਕੇ ਜਿਨ੍ਹਾਂ ਦੇ ਪਛੋਕੜ ਵਿੱਚ ਉਹਨਾਂ ਦੇ ਪਿਤਾ ਪੁਰਖੀ ਦੇ ਵਿੱਚ ਕੋਈ ਇਸ ਲਹਿਰ ਦੇ ਨਾਲ ਜੁੜਿਆ ਸੀ ਉਹਨਾਂ ਨੂੰ ਪਤਾ ਹੈ ਅਸੀਂ ਇੱਥੇ ਮਿਊਜ਼ੀਅਮ ਦੇ ਵਿੱਚ ਕਈ ਵਾਰੀ ਕੋਈ ਆਂਦਾ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਇੱਥੇ ਕੋਈ ਮਿਊਜ਼ੀਅਮ ਵੀ ਹੈ ਤੇ ਅਸੀਂ ਲੈ ਕੇ ਜਾਈਦਾ ਮੈਂ ਅੱਗੇ ਵੀ ਬੇਨਤੀ ਕੀਤੀ ਵੀ ਇੱਥੇ ਜਿੰਨੇ ਬੈਠੇ ਨੇ ਇਹਨਾਂ ਵਿੱਚੋਂ ਜੇ ਮਹਿਕਮਾ ਵੀ 25% ਤੋਂ ਵੱਧ ਕਿਸੇ ਨੇ ਮਿਊਜ਼ੀਅਮ ਨਹੀਂ ਦੇਖਿਆ ਤੇ ਕੋਈ ਅਤਕਤ ਨਹੀਂ ਨਹੀਂ ਹੋਣੀ ਸਾਡੇ ਕੋਲ ਇੱਥੇ ਜਥੇ ਕੀਰਤਨੀ ਜਥੇ ਦੋ ਦੋ ਸਾਲ ਇੱਥੇ ਰਹਿ ਜਾਂਦੇ ਨੇ ਉੱਥੇ ਜਾ ਕੇ ਕੀਰਤਨ ਵੀ ਕਰ ਲੈਂਦੇ ਨੇ ਪਰ ਕਦੀ ਉਹਨਾਂ ਨੇ ਉੱਪਰ ਚੜ ਕੇ ਦੇਖਣ ਦੀ ਕਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਇਹ ਕੀ ਇਹ ਮਿਊਜ਼ੀਅਮ ਬਣਿਆ ਕਿਉਂ ਹੈ ਬਸ ਇੰਨਾ ਪਤਾ ਹੁੰਦਾ ਸਾਨੂੰ ਵੀ ਮਿਊਜ਼ੀਅਮ ਦੇ ਵਿੱਚ ਕੀਰਤਨ ਹੋਣਾ ਹੈ ਪ੍ਰੋਗਰਾਮ ਹੈ ਉੱਥੇ ਕੋਈ ਚੱਲ ਰਿਹਾ ਹੈ ਇਸ ਬਾਅ ਹੈ ਸਾਡਾ ਸਾਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਸਾਰਾ ਕੁਝ ਕਿਉਂ ਹੋਇਆ ਕਿਵੇਂ ਹੋਇਆ ਜੇ ਸਾਨੂੰ ਇਥੋਂ ਦੀ ਗਦਰ ਪਾਰਟੀ ਬਾਰੇ ਪਤਾ ਲੱਗੇਗਾ ਤੇ ਫਿਰ ਅਸੀਂ ਕੋਈ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਗਦਰ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਇਹ ਬਬਰ ਲਹਿਰ ਕਿਵੇਂ ਪੰਜਾਬ ਦੇ ਵਿੱਚ ਸ਼ੁਰੂ ਹੋਈ ਬਬਰ ਦਾ ਇਤਿਹਾਸ ਕੀ ਸੀ ਬੜਾ ਸਿੱਧਾ ਜਿਹਾ ਬੱਬਰ ਕੋਈ ਵੀ ਬਹਾਦਰ ਹੋਵੇ ਉਹਦੇ ਵਾਸਤੇ ਇਹ ਬੱਬਰ ਸ਼ੇਰ ਹੈ ਕਿਹਾ ਜਾਂਦਾ ਸੀ ਤੇ ਉਸ ਵੇਲੇ ਅਕਾਲੀਆਂ ਦੇ ਵਿੱਚੋਂ ਜਿਹੜੇ ਅਕਾਲੀਆਂ ਦੇ ਨਾਲ ਜਿਹੜੇ ਜਿਨ੍ਹਾਂ ਦੀ ਸੋਚ ਮੇਲ ਨਹੀਂ ਸੀ ਖਾਂਦੀ ਉਹ ਬੱਬਰ ਬਣੇ ਉਹਨਾਂ ਨੇ ਆਪਣੇ ਢੰਗ ਨਾਲ ਜਿਵੇਂ ਗਦਰ ਪਾਰਟੀ ਦੇ ਵਿੱਚ ਵੀ ਜਿਵੇਂ ਬੇਮੰਤੀ ਕੀਤੀ ਹੈ ਜੇ ਪ੍ਰੋਫੈਸਰ ਤੇਜਾ ਸਿੰਘ ਵਦਗੀ ਸੰਤ ਤੇ ਉੱਥੇ ਕਰਤਾਰ ਸਿੰਘ ਸਰਾਭੇ ਵਰਗੇ ਸਨ ਜਿਨ੍ਹਾਂ ਨੇ ਛੌਣੀ ਛੌਣੀ ਜਾ ਕੇ ਕੱਲੀ-ਕੱਲੀ ਛੌਣੀ 'ਚ ਜਾ ਕੇ ਉੱਥੇ ਉਹਨਾਂ ਨੂੰ ਮੋਟੀਵੇਟ ਕੀਤਾ ਛੋਟੀ ਜੀ ਉਮਰ ਦੇ ਵਿੱਚ 20 ਸਾਲ ਦੀ ਉਮਰ ਦੇ ਵਿੱਚ 19-20 ਸਾਲ ਦੀ ਉਮਰ 'ਚ ਜਿਹੜਾ ਕਿਸੇ ਯੂਨੀਵਰਸਿਟੀ ਦਾ ਵਰਕਲੇ ਯੂਨੀਵਰਸਿਟੀ ਦਾ ਸਟੂਡੈਂਟ ਸੀ ਉਸ ਲਈ ਉਹਨਾਂ ਦੇ ਵਿੱਚ ਕਿੰਨੇ ਉਹ ਚੇਤਾਨਣ ਸਨ ਉਹਨਾਂ ਲਈ ਆਪਣੇ ਜ਼ਿੰਦਗੀ ਦੇ ਮੋਟਿਵ ਆਪਣੇ ਜ਼ਿੰਦਗੀ ਦੇ ਨਿਸ਼ਾਨੇ ਉਹਨਾਂ ਨੇ ਲੰਬੇ ਰੱਖੇ ਸਨ ਉਹਨਾਂ ਲਈ ਕੋਈ ਇੱਕ ਨਿਸ਼ਾਨਾ ਸੀ ਦੇਸ਼ ਦੀ ਆਜ਼ਾਦੀ ਦਾ ਤੇ ਅੱਜ ਸਮੇਂ ਦੀ ਸਾਡੀਆਂ ਹਕੂਮਤਾਂ ਉੱਥੇ ਕਿਸੇ ਨੂੰ ਪਤਾ ਹੀ ਨਹੀਂ ਕਿ ਇਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਜਦੋਂ ਅਸੀਂ ਕਿਸੇ ਨੂੰ ਲੈ ਕੇ ਜਾਈਏ ਤੇ ਕੋਈ ਦੇਖ ਕੇ ਹੈਰਾਨ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਵੀ ਸਾਡੀ ਕੌਮ ਨੇ ਕੀਤੀਆਂ ਜਦੋਂ ਅਸੀਂ ਦੇਖੀਦਾ ਕੋਈ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਇਤਿਹਾਸ ਪੜੀਦਾ ਕਿ ਇਹਨਾਂ ਦੱਸੀਦਾ ਵੀ ਇਸ ਗੁਰਦੁਆਰਾ ਸਾਹਿਬ ਦਾ ਪਹਿਲਾ ਹੈੱਡ ਗ੍ਰੰਥੀ ਸੀ ਕਿਵੇਂ ਜਾ ਕੇ ਦੇਸ਼ ਦੇ ਵਿੱਚ ਸਾਰਾ ਕੁਝ ਇੱਥੇ 10000 ਬੰਦਾ ਇੱਥੇ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਸਾਨੂੰ ਜਾ ਕੇ ਦੇਸ਼ ਦੀ ਆਜ਼ਾਦੀ ਲਈ ਲੜਨਾ ਚਾਹੀਦਾ ਹੈ ਇਸ ਵੇਲੇ ਅੰਗਰੇਜ਼ਾਂ ਦਾ ਧਿਆਨ ਤਾਂ ਵਰਲਡ ਵਾਰ ਦੇ ਵਿੱਚ ਲੱਗਾ ਹੈ ਅਸੀਂ ਜਾ ਕੇ ਉੱਥੇ ਗਦਰ ਪੈਦਾ ਕਰ ਸਕਦੇ ਹਾਂ ਇੱਥੇ ਫੈਮਿਲੀ ਯੂਨੀਫੀਕੇਸ਼ਨ ਕਰਾ ਕੇ ਬਲਵੰਤ ਸਿੰਘ ਹੋਰਾਂ ਨੇ ਪਹਿਲਾ ਪਰਿਵਾਰ ਆਇਆ ਉਹਦਾ ਪਹਿਲਾ ਬੱਚਾ ਹੋਇਆ ਉਹਦਾ ਤੇ ਫਿਰ ਉਸ ਤੋਂ ਬਾਅਦ ਫਿਰ ਜਾ ਕੇ ਉੱਥੇ ਫਨ ਸੀਰੀਜ਼ ਦਾ ਪ੍ਰਾਪਤ ਹੋਈ ਇਹ ਬੜੀ ਵੱਡੀ ਗੱਲ ਸੀ ਬਬਰਾਂ ਨੂੰ ਉਹ ਸਾਨੂੰ ਸਾਰਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਦੀ ਯਾਦ ਹਿਰਦੇ ਚ ਵਸਾਣੀ ਚਾਹੀਦੀ ਹੈ ਉਹਨਾਂ ਦੇ ਜੀਵਨ ਤੋਂ ਮੋਟੀਵੇਟ ਹੋਣਾ ਚਾਹੀਦਾ ਹੈ ਉਹਨਾਂ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਿਰਫ ਖੇਡ ਮੇਲਿਆਂ ਦੇ ਉੱਤੇ ਔਰ ਜਾਂ ਜਿਨ੍ਹਾਂ ਨੂੰ ਅਸੀਂ ਸੱਭਿਆਚਾਰਕ ਮੇਲੇ ਦੇ ਉੱਤੇ ਜਾ ਕੇ ਉੱਥੇ ਵੀ ਜਾਣੇ ਆ ਤੇ ਉੱਥੇ ਵੀ ਬਬਰਾਂ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਨੂੰ ਯਾਦ ਆਇਆ ਕਿ ਜਿਵੇਂ ਕਿ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਉਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਉਹ ਉਹਨਾਂ ਦੇ ਮੋਟਿਵ ਵੱਖਰੇ ਨੇ ਮਕਸਦ ਵੱਖਰੇ ਨੇ ਉਹ ਨਹੀਂ ਚਾਹਦੇ ਕਿ ਸਾਰਾ ਕ੍ਰੈਡਿਟ ਕੋਈ ਇੱਕ ਕੌਮ ਲੈ ਜਾਵੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੇ ਸਾਡੀ ਕੌਮ ਦੇ ਆਪਣੇ ਵੀ ਜਿਹਨਾਂ ਨੂੰ ਅਸੀਂ ਆਪਣੀਆਂ ਸਰਕਾਰਾਂ ਕਹਿੰਦੇ ਰਹੇ ਆ ਉਹਨਾਂ ਨੂੰ ਵੀ ਆਪਣੀ ਕੌਮ ਦਾ ਹਿੱਤ ਉਦੋਂ ਜਾਗਦਾ ਜਦੋਂ ਉਹ ਸਰਕਾਰ ਦੇ ਵਿੱਚ ਨਾ ਹੋਣ ਸੋਨ ਸਿੰਘ ਪਕਣਾ ਗਦਰੀ ਬਾਬਿਆਂ ਦੇ ਗਦਰੀ ਗਦਰ ਪਾਰਟੀ ਦੇ ਮੋਢੀਆਂ ਚੋਂ ਸਨ ਉਹਨਾਂ ਦੀ ਇੱਕ ਗੱਲ ਯਾਦ ਆ ਰਹੀ ਕਿਦਰੀ ਕੋਟ ਹੋਈ ਉਹਨਾਂ ਨੇ ਕਿਦਰੀ ਕਾਲਜ ਦੇ ਵਿੱਚ ਗੱਲ ਕੀਤੀ ਸੀ ਜਦੋਂ ਉਹ ਕਾਫੀ ਬਿਰਧ ਹੋ ਗਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੇ ਉਹਨਾਂ ਦੀ ਕਮਰ ਕਾਫੀ ਝੁਕੀ ਹੋਈ ਸੀ ਲੱਕ ਚੁਕਿਆ ਸੀ ਦੋਰੇ ਹੋਏ ਸੀ ਤੇ ਉਹਨਾਂ ਨੇ ਸਟੇਜ ਦੇ ਉੱਤੇ ਗੱਲ ਕਹੀ ਸੀ ਕਿ ਮੇਰੀ ਜਿਹੜੀ ਕਮਰ ਝੁਕੀ ਹੈ ਨਾ ਇਹ ਅੰਗਰੇਜ਼ਾਂ ਦੀਆਂ ਜੇਲਾਂਾਂ ਦੇ ਅੰਗਰੇਜ਼ਾਂ ਦੀ ਮਾਰ ਖਾ ਕੇ ਨਹੀਂ ਝੁਕੀ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੀਆਂ ਜੇਲਾਂਾਂ ਦੇ ਵਿੱਚ ਜਾ ਕੇ ਸਾਡੇ ਜੇਲਾਂਾਂ ਦੀ ਮਾਰ ਖਾ ਕੇ ਕਮਰ ਝੁਕੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਕਾਰਯੋਗ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ ਹਰਮਿੰਦਰਪਾਲ ਸਿੰਘ ਜੀ ਹੋਣਾ ਦਾ ਜਿਨ੍ਹਾਂ ਨੇ ਅੱਜ ਦੇ ਦਿਹਾੜੇ ਜੋ ਆਪਾਂ ਬੱਬਰਾਂ ਦੀ ਯਾਦ ਵਿੱਚ ਸਮਾਗਮ ਚੱਲ ਰਹੇ ਹਨ ਉਸ ਉੱਪਰ ਬੜਾ ਵਿਦਵਤਾ ਭਰਿਆ ਚਾਨਣਾ ਪਾਇਆ ਹੈ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਇਹ ਸਮਤ ਬਖਸ਼ੇ ਕਿ ਜਿਨ੍ਹਾਂ ਉਦੇਸ਼ਾਂ ਲਈ ਬਬਰਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਹਨ ਆਪਾਂ ਵੀ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇਹੋ ਹੀ ਮਕਸਦ ਹੁੰਦਾ ਜੀ ਇਹ ਦਿਹਾੜੇ ਮਨਾਉਣ ਦਾ ਕੁਝ ਮਿੰਟਾਂ ਵਾਸਤੇ ਅਗਲਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਵੀ ਬੇਨਤੀ ਕਰ ਦਿਆਂ ਕਿ ਡਾਕਟਰ ਸਵੇਮਾਨ ਸਿੰਘ ਜੀ ਵੀ ਸਾਡੇ ਕੋਲ ਪਹੁੰਚ ਰਹੇ ਹਨ ਜਿਨ੍ਹਾਂ ਨੇ ਜਦੋਂ ਕਿਸਾਨ ਮੋਰਚਾ ਲੱਗਾ ਸੀ ਉਥੇ ਬੈਂਤ ਸੇਵਾ ਨਿਭਾਈ ਹੈ ਉਹ ਥੋੜੇ ਲੇਟ ਹੋ ਗਏ ਹਨ ਪਰ ਉਹਨਾਂ ਨੇ ਆਉਣਾ ਜ਼ਰੂਰ ਹੈ ਮੈਂ ਹੁਣ ਪਹਿਲਾਂ ਬੇਨਤੀ ਕਰਾਂਗਾ ਕਸ਼ਮੀਰ ਸਿੰਘ ਜੀ ਢਾਲੀਵਾਲ ਉਹ ਕੁਝ ਜਾਣਕਾਰੀ ਦੇਣਗੇ ਇੱਕ ਬਿਲਡਿੰਗ ਬਾਰੇ ਜੋ ਸਾਡੇ ਟਰੇਡਸਮੈਨ ਹਨ ਜਾਣਾ ਬਿਲਡਰਸ ਹਨ ਉਹਨਾਂ ਨੂੰ ਕਿਵੇਂ ਗਾਈਡਲਾਈਨਸਾਂ ਥੋੜਾ ਬੜਾ ਚੇਂਜ ਹੋ ਰਹੀ ਹੈ ਉਹ ਆਪ ਜੀ ਨੂੰ ਚਾਣਨਾ ਪਉਣਗੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਇਸੇ ਹੀ ਤਰ੍ਹਾਂ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੋ ਸਾਧ ਸੰਗਤ ਜੀ ਮੈਂ ਇੱਕ ਸੂਚਨਾ ਦੇਣੀ ਸੀ ਜੋ ਕਾਸਕਰ ਆਪਣੇ ਬਿਲਡਰ ਭਰਾ ਹਨ ਤੇ ਜਿਹੜੇ ਟ੍ਰੀਡਸਮੈਨ ਹਨ ਜਿਸ ਤਰ੍ਹਾਂ ਇਨਸੂਲੇਸ਼ਨ ਡਰਾਈਵਾਲਰ ਕਲੈਕਟਿਕ ਪਲੰਮਿੰਗ ਉਹ ਸਾਰਿਆਂ ਦੇ ਨਾਲ ਕਨਸਰਨ ਹੈ ਉਹ ਸਿਟੀ ਆਫ ਬੈਂਕੂਵਰ ਨਾਲ ਸਾਡੀ ਤਕਰੀਬਨ ਪਿਛਲੇ ਡੇਢ ਸਾਲ ਤੋਂ ਗੱਲਬਾਤ ਚੱਲਦੀ ਸੀ ਤੇ ਉਹਨਾਂ ਨੇ 4 ਤੇ 5 ਜੂਨ 17 ਤੇ 18 ਜੂਨ ਕਲਾਸਾਂ ਲਾਉਣੀਆਂ ਇੱਥੇ ਮੇਰਾ ਮੇਰੇ ਸਹਾਵਨਾ ਜਿੰਨੇ ਵੀ ਬਿਲਡਰ ਆ ਜਾਂ ਟ੍ਰੇਡਸਮੈਨ ਆ ਉਹਨਾਂ ਨੂੰ ਜਰੂਰ ਉਹਦਾ ਲਾਹਾ ਲੈਣਾ ਚਾਹੀਦਾ 200 ਡਾਲਰ ਇਨਕਲੂਡਿੰਗ ਜੀਐਸਟੀ ਉਹਦੀ ਫੀਸ ਹੋਵੇਗੀ ਤੇ ਕਿਉਂਕਿ ਸਿਟੀ ਨੇ ਹੁਣ ਕਾਫੀ ਚੇਂਜ ਲਿਆਂਦੀਆਂ ਆ ਜਿਹੜਾ ਆਪਾਂ